ਆਇਨਸਟਾਈਨ ਬਾਰੇ ਸਾਰੇ ਹੀ ਜਾਣਦੇ ਹਾਂ ਬਿਲਕੁਲ ਉਹੀ ਆਇਨਸਟਾਈਨ ਜੋ ਇੰਨਾ ਜੀਨੀਅਸ ਸੀ ਕਿ ਹਜ਼ਾਰਾਂ ਸਾਇੰਸਦਾਨ ਰਲ ਕੇ ਵੀ ਉਸ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ ਉਹ ਚੀਜ਼ ਜਿਸ ਦੇ ਬਾਰੇ ਦੇ ਵਿੱਚ ਸਾਡੀ ਸੋਚ ਵੀ ਕੰਮ ਨਹੀਂ ਕਰਦੀ ਆਇਨਸਟਾਈਨ ਨੇ ਨਾ ਸਿਰਫ ਉਸ ਨੂੰ ਸੋਚਿਆ ਉਸ ਨੂੰ ਸਮਝਿਆ ਤੇ ਸਾਰੀ ਦੁਨੀਆ ਨੂੰ ਉਸ ਬਾਰੇ ਸਮਝਾਇਆ ਉਹ ਫਿਜ਼ਿਕਸ ਦਾ ਮਾਹਰ ਸੀ ਆਇਨਸਟਾਈਨ ਨੇ ਦੁਨੀਆ ਨੂੰ ਥਿਊਰੀ ਆਫ ਰਿਲੇਟਿਵਿਟੀ ਤੇ ਫੋਟੋ ਇਲੈਕਟ੍ਰਿਕ ਲਾਅ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਦੀ وجہ ਤੋਂ ਉਸ ਨੂੰ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਲੋਕੀ ਸਮਝਦੇ ਸੀ ਕਿ ਆਇਨਸਟਾਈਨ ਦਾ ਦਿਮਾਗ ਬਾਕੀ ਲੋਕਾਂ ਨਾਲੋਂ ਵੱਖਰਾ ਹੈ ਇਸ ਲਈ ਉਹ ਜ਼ਿਆਦਾ ਜੀਨੀਅਸ ਸੀ ਇਸ ਗੱਲ ਦਾ ਕਿਸੇ ਹੱਦ ਤੱਕ ਆਇਨਸਟਾਈਨ ਨੂੰ ਵੀ ਅੰਦਾਜ਼ਾ ਸੀ ਤੇ ਉਸ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਲੋਕੀ ਉਸ ਦੇ ਦਿਮਾਗ ਤੇ ਰਿਸਰਚ ਕਰਨ ਦੀ ਕੋਸ਼ਿਸ਼ ਕਰਨਗੇ ਆਇਨਸਟਾਈਨ ਬਿਲਕੁਲ ਨਹੀਂ ਸੀ ਚਾਹੁੰਦਾ ਕਿ ਮਰਨ ਤੋਂ ਬਾਅਦ ਉਸ ਦੇ ਦਿਮਾਗ ਜਾਂ ਉਹਦੇ ਜਿਸਮ ਦੇ ਕਿਸੇ ਹਿੱਸੇ ਤੇ ਰਿਸਰਚ ਕੀਤੀ ਜਾਵੇ ਐਸਲੀ ਯੂਨੀਵਰਸਿਟੀ ਕੀਤੀ ਕਿ ਮਰਨ ਤੋਂ ਬਾਅਦ ਉਸ ਦੀ ਡੈੱਡ ਬਾਡੀ ਨੂੰ ਸਾੜ ਦਿੱਤਾ ਜਾਵੇ 18 ਅਪ੍ਰੈਲ 1955 ਵਿੱਚ ਜਦੋਂ ਆਇਨਸਟਾਈਨ ਦੀ ਡੈਥ ਹੋਈ ਤੇ ਆਇਨਸਟਾਈਨ ਦੀ ਮੌਤ ਦੀ ਰੀਜ਼ਨ ਲੱਭਣ ਲਈ ਯਾਨੀ ਟੌਪਸੀ ਦੌਰਾਨ ਆਇਨਸਟਾਈਨ ਦਾ ਦਿਮਾਗ ਚੋਰੀ ਕਰ ਲਿਆ ਗਿਆ ਜਿਸ ਡਾਕਟਰ ਨੇ ਆਇਨਸਟਾਈਨ ਦਾ ਦਿਮਾਗ ਚੋਰੀ ਕੀਤਾ ਉਸ ਦਾ ਨਾਂ ਡਾਕਟਰ ਥਾਮਸ ਹਾਰਵੇ ਸੀ ਜੋ ਇਹ ਵੇਖਣਾ ਚਾਹੁੰਦਾ ਸੀ ਕਿ ਆਖਰ ਆਇਨਸਟਾਈਨ ਦੇ ਦਿਮਾਗ ਵਿੱਚ ਐਸਾ ਕੀ ਹੈ ਜੋ ਬਾਕੀਆਂ ਨਾਲੋਂ ਵੱਖਰਾ ਹੈ ਐਸ ਹਰਕਤ ਦੀ وجہ ਤੋਂ ਡਾਕਟਰ ਹਾਰਵੇ ਨੂੰ ਹਸਪਤਾਲ ਵਿੱਚੋਂ ਕੱਢ ਦਿੱਤਾ ਗਿਆ ਬੇਸਿਕਲੀ ਡਾਕਟਰ ਹਾਰਵੇ ਇੱਕ ਪੈਥੋਲੋਜਿਸਟ ਸੀ ਜੋ ਸਿਰਫ ਪੋਸਟਮਾਰਟਮ ਕਰਦਾ ਸੀ ਨੌਕਰੀ ਵੀ ਚਲੀ ਗਈ ਪਰ ਇਸ ਦੌਰਾਨ ਉਹ ਆਇਨਸਟਾਈਨ ਦਾ ਦਿਮਾਗ ਮਹਿਫੂਜ਼ ਕਰ ਚੁੱਕਿਆ ਸੀ ਨੌਕਰੀ ਜਾਣ ਤੋਂ ਬਾਅਦ ਉਹ ਆਇਨਸਟਾਈਨ ਦਾ ਬ੍ਰੇਨ ਲੈ ਕੇ ਪنسਿਲਵੇਨੀਆ ਚਲਾ ਗਿਆ ਉਸ ਨੇ ਆਇਨਸਟਾਈਨ ਦੇ ਦਿਮਾਗ ਦੀਆਂ ਬਹੁਤ ਸਾਰੀਆਂ ਫੋਟੋਆਂ ਵੀ ਬਣਾਈਆਂ ਇਸ ਤੋਂ ਬਾਅਦ ਆਇਨਸਟਾਈਨ ਦੇ ਦਿਮਾਗ ਨੂੰ 240 ਨਿੱਕੇ-ਨਿੱਕੇ ਪੀਸਸ ਦੇ ਵਿੱਚ ਤਕਸੀਮ ਕਰ ਦਿੱਤਾ ਤੇ ਇਹਨਾਂ ਪੀਸਸ ਨੂੰ ਅਲੈਦਰੈਦਾ ਜਾਰਸ ਦੇ ਵਿੱਚ ਪ੍ਰੀਜ਼ਰਵ ਕਰਕੇ ਆਪਣੇ ਘਰ ਦੇ ਵਿੱਚ ਯਾਨੀ ਆਪਣੇ ਘਰ ਦੇ ਬੀਸਮੈਂਟ ਦੇ ਵਿੱਚ ਲੁਕਾ ਦਿੱਤਾ ਆਇਨਸਟਾਈਨ ਦੇ ਦਿਮਾਗ ਨੂੰ ਲੈ ਕੇ ਅਕਸਰ ਡਾਕਟਰ ਦਾ ਆਪਣੀ ਵਾਈਫ ਤੇ ਨਾਲ ਝਗੜਾ ਹੁੰਦਾ ਰਹਿੰਦਾ ਸੀ ਉਹ ਅਕਸਰ ਆਖਦੀ ਸੀ ਕਿ ਉਹ ਆਇਨਸਟਾਈਨ ਦੇ ਦਿਮਾਗ ਨੂੰ ਕਿਤੇ ਸੁੱਟ ਦੇਵੇਗੀ ਇੱਕ ਦਿਨ ਝਗੜਾ ਇੰਨਾ ਵਧਿਆ ਕਿ ਡਾਕਟਰ ਹਾਰਵੇ ਤੇ ਉਹਦੀ ਘਰ ਵਾਲੀ ਦਰਮਿਆਨ ਤਲਾਕ ਹੋ ਗਈ ਹਾਰਵੇ ਦਿਮਾਗ ਲੈ ਕੇ ਕਿੰਸਾਸ ਚਲਾ ਗਿਆ ਉੱਥੇ ਉਹ ਇੱਕ ਮੈਡੀਕਲ ਸੁਪਰਵਾਈਜ਼ਰ ਦੀ ਨੌਕਰੀ ਕਰਨ ਲੱਗ ਪਿਆ ਮਲੇ ਫਾਰਕ ਟਾਈਮ ਦੇ ਵਿੱਚ ਆਇਨਸਟਾਈਨ ਦੇ ਦਿਮਾਗ ਤੇ ਰਿਸਰਚ ਕਰਦਾ ਰਿਹਾ ਕਈ ਵਾਰੇ ਰਿਸਰਚ ਤੋਂ ਬਾਅਦ ਵੀ ਉਹਨੂੰ ਆਇਨਸਟਾਈਨ ਦੇ ਦਿਮਾਗ ਦੇ ਵਿੱਚੋਂ ਕੁਝ ਖਾਸ ਨਾ ਲੱਭ ਸਕਿਆ ਉਲਟਾ ਉਹ ਆਪਣਾ ਮੈਡੀਕਲ ਲਾਇਸੈਂਸ ਵੀ ਕੈਨਸਲ ਕਰਾ ਬੈਠਾ ਨੋਬਤ ਇੱਥੋਂ ਤੱਕ ਅੱਪੜ ਗਈ ਕਿ ਉਹ ਪਲਾਸਟਿਕ ਦੀਆਂ ਬੋਤਲਾਂ ਦੀ ਫੈਕਟਰੀ ਵਿੱਚ ਕੰਮ ਕਰਨ ਲੱਗ ਪਿਆ ਉਹਨੇ ਇੱਕ ਚੰਗਾ ਫੈਸਲਾ ਕੀਤਾ ਉਹਨੇ ਸੋਚਿਆ ਕਿ ਇਹਨਾਂ ਦਿਮਾਗ ਦੇ ਪੀਸਸ ਨੂੰ ਦੁਨੀਆ ਦੇ ਮੁਖਤਲਫ ਨਿਊਰੋਲੋਜਿਸਟ ਨੂੰ ਰਿਸਰਚ ਵਾਸਤੇ ਦੇ ਦਿੱਤਾ ਜਾਵੇ आइंस्टाइन ਦਾ ਦਿਮਾਗ ਚੋਰੀ ਹੋਣ ਤੋਂ ਬਾਅਦ ਪਹਿਲੀ ਵਾਰੀ ਇੱਕ ਰਿਸਰਚ ਪਬਲਿਸ਼ ਹੋਈ। ਉਹਦੇ ਦਿਮਾਗ ਤੇ ਇਹ ਰਿਸਰਚ 1985 ਵਿੱਚ ਪਬਲਿਸ਼ ਕੀਤੀ ਗਈ। ਜਿਸ ਦੇ ਵਿੱਚ ਆਖਿਆ ਗਿਆ ਸੀ ਕਿ ਆਇਨਸਟਾਈਨ ਦਾ ਦਿਮਾਗ ਆਮ ਇਨਸਾਨਾਂ ਨਾਲੋਂ ਬਹੁਤ ਵੱਖਰਾ ਹੈ। ਆਇਨਸਟਾਈਨ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਦਿਮਾਗ ਦੇ ਉਹ ਹਿੱਸੇ ਵੀ ਇਸਤੇਮਾਲ ਕਰਦਾ ਰਿਹਾ ਹੈ, ਕਿਉਂਕਿ ਆਮ ਆਦਮੀ ਇਸਤੇਮਾਲ ਨਹੀਂ ਸੀ ਕਰ ਸਕਦਾ। ਅੱਜ ਵੀ ਆਇਨਸਟਾਈਨ ਦਾ ਦਿਮਾਗ ਮਟਰ ਮਿਊਜ਼ੀਅਮ ਦੇ ਵਿੱਚ ਮਹਿਫੂਜ਼ ਹੈ। ਜਿਸ ਨੂੰ ਮਾਈਕਰੋਸਕੋਪਿਕ ਸਲਾਈਡਸ ਰਾਹੀਂ ਮਹਿਫੂਜ਼ ਕੀਤਾ ਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਇਨਸਟਾਈਨ ਬਾਰੇ ਇਸ ਵੀਡੀਓ ਪਰ ਤੁਹਾਨੂੰ ਜਾਣਕਾਰੀ ਦੇ ਵਿੱਚ ਵਾਦਾ ਹੋਇਆ ਹੋਵੇਗਾ ਤੇ ਇਹਦੇ ਨਾਲ ਨਾਲ ਸਾਡੀ ਵੀਡੀਓ ਤੁਹਾਨੂੰ ਪਸੰਦ ਵੀ ਆਈ ਹੋਵੇਗੀ